ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਬਰਨਾਲਾ ਵਿੱਚ ਪਲੇਠੀ ਵਰਕਰ ਮੀਟਿੰਗ ਰੱਖੀ ਗਈ, ਜਿਸ ਵਿੱਚ ਹਲਕਾ ਇੰਚਾਰਜ ਬਰਨਾਲਾ ਵੱਲੋਂ ਜ਼ਿਆਦਾ ਇਕੱਠ ਦੇਖਣ ਨੂੰ ਨਹੀਂ ਮਿਲਿਆ। ਉਲਟਾ ਅਕਾਲੀ ਵਰਕਰ ਆਪਸ ਵਿੱਚ ਹੀ ਉਲਝਦੇ ਨਜ਼ਰ ਆਏ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਅਕਾਲੀ ਦਲ ਅਤੇ ਭਾਜਪਾ ਦੇ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਬਾਹਰੋਂ ਆਏ ਲੀਡਰਾਂ ਨੂੰ ਬਹੁਤੀ ਤਵੱਜੋ ਨਾ ਦੇ ਕੇ ਆਪਣੇ ਪਾਰਟੀ ਵਰਕਰਾਂ ਵੱਲ ਹੀ ਧਿਆਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ਦੇ ਉੱਤੇ ਹੀ ਚੋਣਾਂ ਲੜਾਂਗੇ। ਬਰਨਾਲਾ ਤੋਂ ਰਣਜੀਤ ਸੰਧੂ ਦੇ ਨਾਲ ਬਲਜਿੰਦਰ ਸਿੰਘ ਚੌਹਾਨ ਦੀ ਰਿਪੋਰਟ। ਇਸ ਮੌਕੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆਂ ਹੋਇਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਤੌਰ 'ਤੇ ਅਕਾਲੀ ਦਲ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ 'ਚ ਹਾਰਾਂ ਦਾ ਸਾਹਮਣਾ ਕਰਨ ਨੂੰ ਪਿਆ ਅਕਾਲੀ ਦਲ ਨੂੰ, ਜਿਹੜੇ ਸਰੋਪਿਆਂ ਵਾਲੇ ਬੰਦੇ ਨੇ ਉਹ ਦੇਖਿਆ ਜਾਂਦਾ ਕਿ ਇਲੈਕਸ਼ਨ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਅਤੇ ਜਿਹੜੇ ਵਰਕਰ ਨੇ ਕੰਮ ਕਰਨ ਵਾਲੇ ਉਹ ਪਿੱਛੇ ਰਹਿ ਜਾਂਦੇ ਨੇ, ਉਹਦੇ ਬਾਰੇ ਤੁਸੀਂ ਕੀ ਕਰੋਗੇ? ਦੇਖੋ, ਵਰਕਰਾਂ ਦਾ ਜਿੰਨਾ ਸਰਕਾਰ ਸਰੋਪੇ ਅਕਾਲੀ ਦਲ ਦੇ ਵਿੱਚ ਹੈ, ਹਾਂਜੀ, ਕਿਸੇ ਪਾਰਟੀ ਦੇਖੋ, ਕਾਂਗਰਸ ਦੇ ਵਰਕਰ ਜਿੰਨਿਆਂ ਨੇ ਪਾਰਟੀ ਛੱਡੀ ਹੈ, ਹਾਂਜੀ, ਰਿਕਾਰਡ ਕਢਾ ਲਓ, ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਸਾਰੇ ਛੱਡ ਛੱਡ ਕੇ ਭੱਜ ਰਹੇ ਨੇ। ਇਸ ਕਰਕੇ ਹੈ ਵੀ ਅਕਾਲੀ ਦਲ ਦੇ ਸਭ ਤੋਂ ਘੱਟ ਵਰਕਰ ਗਏ ਨੇ, ਅੱਜ ਵੀ ਅਕਾਲੀ ਦਲ ਦਾ ਵਰਕਰ ਪੂਰਾ ਪਾਰਟੀਆਂ ਡੱਟ ਕੇ ਖੜਾ, ਕਿਉਂਕਿ ਨਹੀਂ ਸਰ, ਪਿਛਲੀ ਸਰਕਾਰ ਸੀ ਜਦੋਂ ਤੁਹਾਡੀ ਅਕਾਲੀ ਦਲ ਦੀ, ਉਦੋਂ ਵੱਧ ਤੋਂ ਵੱਧ ਜਿਹੜਾ ਮਾਨ ਸਨਮਾਨ ਸੀ ਉਹ ਜਿਹੜੇ ਕਾਂਗਰਸ 'ਚੋਂ ਇੱਧਰ ਆਏ ਸੀ ਉਹਨਾਂ ਨੂੰ ਚੇਅਰਮੈਨੀਆਂ ਦਿੱਤੀਆਂ ਗਈਆਂ, ਉਹਨਾਂ ਨੂੰ ਅਹੁਦੇ ਦਿੱਤੇ ਗਏ, ਕਾਂਗਰਸ 'ਚੋਂ ਆਏ ਵਾਲੀ ਗੱਲ ਨਹੀਂ ਸੀ, ਹਾਂਜੀ, ਉਹ ਸਾਰਿਆਂ ਦੀ ਰਾਏ ਦੇ ਨਾਲ, ਲੋਕਲ ਲੀਡਰਸ਼ਿਪ ਦੀ ਰਾਏ ਦੇ ਨਾਲ ਇਹ ਸਾਰੇ ਫੈਸਲੇ ਕੀਤੇ ਗਏ, ਵਿੱਚੋਂ ਬਹੁਤੇ ਠੀਕ ਵੀ ਸੀ, ਕੋਈ ਖੁਸ਼ੀ ਤੋਂ ਗਲਤ ਵੀ ਹੋਣੇ ਮੈਂ ਕਹਿੰਦਾ, ਪਰ ਸਾਰੇ ਜਿਹੜੇ ਵਰਕਰ ਨੇ ਸਾਰੀਆਂ ਤਕਲੀਫਾਂ ਨੂੰ ਛੱਡ ਕੇ ਵੱਡੇ ਢੀਂਡਸਾ ਸਾਹਿਬ ਕਦੋਂ ਆ ਰਹੇ ਨੇ ਪ੍ਰਚਾਰ ਕਰਨ ਦੇ ਲਈ? ਉਹਨਾਂ ਦਾ ਅਸ਼ੀਰਵਾਦ ਦੱਸ ਸਕਦੇ ਨੇ ਕਦੋਂ ਨਹੀਂ, ਪਰ ਉਹਨਾਂ ਦਾ ਅਸ਼ੀਰਵਾਦ ਤਾਂ ਸ਼ੁਰੂ ਜਾਣਾ ਸਾਡੇ ਨਾਲ ਨੇ, ਤਾਂ ਫਿਰ ਸਾਨੂੰ ਕੋਈ ਚਿੰਤਾ ਨਹੀਂ ਕਿਸੇ ਗੱਲ।